ਮਾਤਾ ਚਿੰਤਪੁਰਨੀ ਦੇ ਚਾਰ ਨਾਮ ਨੇ, ਪਹਿਲਾ ਚਿੰਤਪੁਰਨੀ ਹੈ, ਦੂਸਰਾ ਛਿੰਨ ਮਸਤਿਕਾ ਹੈ, ਤੀਸਰਾ ਪਿੰਡੀ ਰਾਣੀ ਹੈ, ਤੀਸਰਾ ਪਿੰਡੀ ਰਾਣੀ ਹੈ, ਚੌਥਾ ਟੋਕਰੀ ਵਾਲੀ ਮਾਤਾ ਹੈ। ਇਤਿਹਾਸ ਇਹ ਦੱਸਦਾ ਹੈ ਕਿ ਮਾਈ ਨੇ ਸਭ ਤੋਂ ਪਹਿਲਾਂ ਮਾਈ ਦਾਸ ਨੂੰ ਦਰਸ਼ਨ ਦਿੱਤੇ ਸੀ, ਪਰ ਉਸ ਤੋਂ ਵੀ ਪਹਿਲਾਂ ਜਿੱਥੇ ਮਾਈ ਦਾ ਭਵਨ ਹੈ ਨਾ ਚਿੰਤਪੁਰਨੀ ਦਾ, ਬਹੁਤ ਪੁਰਾਤਨ ਪ੍ਰਾਚੀਨ ਗੱਲ, ਉਸ ਮੰਦਿਰ ਦੇ ਲਾਗੇ ਜਦੋਂ ਆਬਾਦੀ ਨਹੀਂ ਸੀ, ਉੱਥੇ ਇੱਕ ਬਜ਼ੁਰਗ ਟੋਕਰੀਆਂ ਵੇਚਦਾ ਸੀ। ਮਾਤਾ ਰਾਣੀ ਕੰਜਕ ਰੂਪ ਇੱਕ ਫੂਲ ਚੋਂ ਪ੍ਰਗਟ ਹੋਈ ਚਿੰਤਪੁਰਨੀ, ਔਰ ਜੈ ਮਾਤਾ ਦੀ ਕਰਦੀ ਚਲੀ ਗਈ ਉਸ ਟੋਕਰੀਆਂ ਵਾਲੇ ਦੇ ਕੋਲ, ਔਰ ਜਾ ਕੇ ਕਹਿ ਰਹੀ ਹੈ ਮੁਝੇ ਛੁਪਾਈ ਲੈ, ਮੁਝੇ ਲੁਕਾਈ ਲੈ। ਉਹ ਡਰ ਗਿਆ, ਇਹ ਕੌਣ ਆ ਗਿਆ? ਅਸੀਂ ਦਰਸ਼ਨ ਮੰਗਦੇ ਨਾ ਕਿ ਬਾਬਾ ਜੀ ਦਰਸ਼ਨ ਦਿਓ, ਮਾਈ ਦਰਸ਼ਨ ਦੇ। ਮਾਈ ਨੂੰ ਕਹਿਣਾ ਕਿ ਜੇ ਤੂੰ ਸਾਹਮਣੇ ਆ ਗਈ ਮੈਨੂੰ ਪਹਿਚਾਨਣ ਦੀ ਸ਼ਕਤੀ ਦਵੀਂ, ਕਿਤੇ ਲਾਗੋ ਹੀ ਨਾ ਲੰਘ ਕੇ ਚਲੀ ਜਾਈ। ਉਹ ਚਿੰਤਪੁਰਨੀ ਦਾ ਨਾਮ ਲੈਂਦਾ ਸੀ, ਚਿੰਤਪੁਰਨੀ ਮਿਲਣ ਆ ਗਈ, ਡਰ ਗਿਆ ਦੇਖ ਕੇ ਕਿ ਇਹ ਕੌਣ ਆ ਗਿਆ। ਆਪਣੀ ਟੋਕਰੀਆਂ ਦੀ ਦੁਕਾਨ ਛੱਡ ਕੇ ਉੱਥੋਂ ਦੌੜ ਗਿਆ। ਮਾਤਾ ਛੋਟੀ ਸੀ ਕੰਜਕ ਰੂਪ 'ਚ, ਉਹਨੇ ਵੱਡੀ ਟੋਕਰੀ ਲਈ, ਉਹਦੀ ਦੁਕਾਨ 'ਤੇ ਬਹਿ ਕੇ ਆਪਣੇ ਆਪ ਨੂੰ ਟੋਕਰੀ ਦੇ ਨਾਲ ਢੱਕ ਦਿੱਤਾ, ਕਹਿ ਦਿਓ ਜੈ ਮਾਤਾ ਦੀ। ਉਹ ਜਾ ਕੇ ਆਪਣੇ ਪਿੰਡ ਚਲਾ ਗਿਆ ਅਤੇ ਘਰ ਜਾ ਕੇ ਗੱਲ ਦੱਸਣ ਲੱਗਾ ਕਿ ਮੈਨੂੰ ਚਿੰਤਪੁਰਨੀ ਨੇ ਦਰਸ਼ਨ ਦਿੱਤੇ ਨੇ, ਦੱਸਣ ਤੋਂ ਪਹਿਲਾਂ ਹੀ ਜਾਨ ਨਿਕਲ ਗਈ, ਕਹਿ ਦਿਓ ਜੈ ਮਾਤਾ ਦੀ। ਇਹ ਪੜਦਾ ਹੁੰਦਾ, ਇਹ ਗੱਲਾਂ ਕਿਸੇ ਨਾਲ ਨਹੀਂ ਕੀਤੀਆਂ ਜਾਂਦੀਆਂ। ਦਰਸ਼ਨ ਤੋਂ ਪਹਿਲਾਂ ਜਾਨ ਨਿਕਲ ਗਈ। ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਜਦੋਂ ਵੀ ਮਾਤਾ ਚਿੰਤਪੁਰਨੀ ਦੇ ਦਰਬਾਰ ਬੰਦ ਹੁੰਦੇ ਨੇ, ਮਾਤਾ ਰਾਣੀ ਦੀ ਜਿਹੜੀ ਪਿੰਡੀ ਹੈ ਨਾ ਅੰਦਰ, ਉਹਨੂੰ ਅੱਜ ਵੀ ਰਾਤ ਨੂੰ ਟੋਕਰੀ ਨਾਲ ਟੱਕ ਦਿੱਤਾ ਜਾਂਦਾ ਹੈ, ਕਹਿ ਦਿਓ ਜੈ ਮਾਤਾ। ਉਹ ਜਿਹੜੇ ਗਏ ਨੇ ਤੁਸੀਂ ਦੇਖਿਆ ਹੋਏਗਾ, ਜਦੋਂ ਪਰਿਕਰਮਾ ਕਰਦੇ ਆ ਭਗਤ ਨਗਾਰੇ ਵਜਾ ਰਹੇ ਨੇ। ਉਹ ਕੌਣ ਨੇ? ਉਹ ਜਿਹੜਾ ਟੋਕਰੀਆਂ ਵਾਲਾ ਬਜ਼ੁਰਗ ਸੀ ਨਾ, ਉਹਦਾ ਪਰਿਵਾਰ ਅੱਗੇ ਦੀ ਅੱਗੇ ਚੱਲ ਕੇ ਅੱਜ ਵੀ ਮਾਈ ਦੀ ਸੇਵਾ ਕਰ ਰਿਹਾ ਹੈ, ਕਹਿ ਦਿਓ ਜੈ ਮਾਤਾ। ਸਾਡੇ ਅੰਮ੍ਰਿਤਸਰ ਪੱਕਾ ਭਜਨ ਹੁੰਦਾ ਹੈ। ਇੱਕ ਸਾਲ ਵਿੱਚ ਚਾਰ ਨਰਾਤੇ ਆਉਂਦੇ ਨੇ ਤੇ ਹਰ ਮਹੀਨੇ ਅਸ਼ਟਮੀ ਆਉਂਦੀ ਹੈ। ਦੋ ਅਸ਼ਟਮੀਆਂ ਅਸੀਂ ਮਨਾਉਂਦੇ ਹਾਂ, ਅੱਸੂ ਦੀਆਂ ਅਤੇ ਚੇਤ ਦੀਆਂ। ਸਾਵਨ ਦੀ ਵੀ ਬਹੁਤ ਮਸ਼ਹੂਰ ਹੈ ਜਿਹੜੀ ਹੁਣੇ ਲੰਘ ਕੇ ਗਈ ਹੈ। ਨਰਾਤੇ ਚਾਰ ਆਉਂਦੇ ਨੇ ਤੇ ਸਾਡੇ ਅੰਮ੍ਰਿਤਸਰ ਮਾਤਾ ਲਾਲ ਦੇਵੀ ਦਾ ਮੰਦਿਰ ਹੈ, ਜਿਹੜੀ ਮਾਈ ਕਸੂਰ ਪਾਕਿਸਤਾਨ ਤੋਂ ਚੱਲ ਕੇ ਆਈ ਅੰਮ੍ਰਿਤਸਰ ਬਸੀ, ਪਾਕ ਪਵਿੱਤਰ। ਕਿਤੇ ਅੰਮ੍ਰਿਤਸਰ ਜਾਓ, ਹਰਿਮੰਦਰ ਸਾਹਿਬ ਮੱਥਾ ਟੇਕੋ, ਉਹਦੇ ਨਾਲ ਲਾਲ ਦੁਆਰਾ ਹੈ, ਉੱਥੇ ਲਾਲ ਦੁਆਰਾ, ਉੱਥੇ ਹੁਣ ਜਾਓ ਤਾਂ ਜ਼ਰੂਰ ਦੇਖਿਓ, ਉੱਥੇ ਮਾਈ ਦੀ ਵੈਸ਼ਨੋ ਦੀ ਗੁਫਾ ਬਣੀ ਹੈ। ਜਿੱਦਾਂ ਜਿੱਦਾਂ ਅੰਗੇ ਲੰਘਦੇ ਜਾਓਗੇ, ਮਾਈ ਦੇ ਤੁਹਾਨੂੰ ਦਰਸ਼ਨ ਹੁੰਦੇ ਜਾਣਗੇ। ਉਸ ਪੱਕੇ ਭਜਨ ਵਿੱਚ ਇਤਿਹਾਸ ਸੁਣਾਇਆ ਜਾਂਦਾ ਹੈ, ਕਹਿ ਦਿਓ ਜੈ ਮਾਤਾ ਦੀ। ਇਹ ਸਾਰੀਆਂ ਗੱਲਾਂ ਉਸ ਇਤਿਹਾਸ ਵਿੱਚ ਸੁਣੀਆਂ ਨੇ, ਕਹਿ ਦਿਓ ਜੈ ਮਾਤਾ ਦੀ। ਆਓ ਹੁਣ ਭੇਟ ਸੁਣਨ ਦਾ ਆਨੰਦ ਆਏਗਾ। ਇਹ ਭੇਟ 30 ਸਾਲ ਪੁਰਾਣੀ ਹੈ।